आज कुछ और है तू, कल कुछ बेवफा, सौ है बहाने तेरे, सौ ठिकाने बेवफा, हैरान हूं मैं तेरी जुबान से सुनकर अपना नाम। धोखेबाजियां। आज कुछ और है तू, कल कुछ बेवफ। सिटी ऑफ न्यूज़ देख रहे तमाम दर्शकों का स्वागत है। दोस्तों, पंजाब की इस धरती से बहुत सारा टैलेंटेड है लोग ने, तो लेकिन साड़ी पंजाब की इस धरती ने बहुत अच्छे अच्छे जिहड़े कि सानू जिहड़े सिंगर दिते ने, जिन्हां ने साडे पंजाब का नाम जिहड़ा कि देशा विदेशा दे विच जिहड़ा रोशन किया। तो हुण साडे नाल गलबात करन लई मौजूद ने करण अरोड़ा, जिहड़े कि अपना एक सैकेंड जिहड़ा ट्रैक इन्हां दा रिलीज़ किया गया धोखेबाजियां। तो गलबात करांगे इन्हां दे नाल करण अरोड़ा जी दे नाल। सब तो पहला जी, सिटी ऑफ न्यूज़ से तुहाडा बहुत बहुत स्वागत है जी। थैंक यू जी। ਤੁਸੀਂ ਜਿਹੜਾ ਸੌਂਗ ਰਿਲੀਜ਼ ਕੀਤਾ ਧੋਖੇਬਾਜ਼ੀ ਹੈ, ਕੀ ਖਾਸ ਹੈ ਜਿਹੜੇ ਤੁਹਾਡੇ, ਮਤਲਬ ਕਿ ਇਸ ਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਜੀ। ਇਸ ਸੌਂਗ ਦੇ ਵਿੱਚ ਕੀ ਖਾਸ ਹੈ? ਇਹ ਸੌਂਗ ਇਹ ਸ਼ੋਅ ਕਰ ਰਿਹਾ ਕਿ ਅੱਜ ਕੱਲ੍ਹ ਯੂਥ ਕਿਹੜੀ ਜਗ੍ਹਾ 'ਤੇ ਹੈ, ਯੂਥ ਕੀ ਫੇਸ ਕਰ ਰਿਹਾ ਆਪਣੀ ਲਾਈਫ ਦੇ ਵਿੱਚ, ਉਹਨਾਂ ਦੀ ਇੱਕ ਰਿਐਲਿਟੀ ਸ਼ੋਅ ਕੀਤੀ ਗਈ ਹੈ। ਅਤੇ ਇਹ ਸੌਂਗ ਜਦੋਂ ਮੈਨੂੰ ਮਿਲਿਆ ਤਾਂ ਮੈਂ ਆਈ ਵਾਸ ਵੈਰੀ ਹੈਪੀ ਕਿ ਮੈਂ ਇਸ ਸੌਂਗ ਨੂੰ ਨਿਭਾਉਣਾ ਚਾਹੁੰਦਾ। ਅਤੇ ਐਜ਼ ਐਨ ਐਕਟਰ ਵੀ ਮੈਨੂੰ ਇਹ ਸੌਂਗ ਕਿਹਾ ਗਿਆ ਤੁਸੀਂ ਹੀ ਐਕਟ ਕਰਨਾ ਹੈ, ਅਤੇ ਮੈਨੂੰ ਆਪਣੇ 'ਚ ਇੱਕ ਕੌਨਫੀਡੈਂਸ ਹੈਗਾ ਸੀ ਕਿ ਹਾਂ ਦੈਟ ਆਈ ਕੈਨ ਐਕਟ ਇਨ ਦਿਸ ਸੌਂਗ ਆਲਸੋ। ਅਤੇ ਜਦੋਂ ਆਪਾਂ ਇਸ ਸੌਂਗ ਨੂੰ ਗਾਇਆ, ਐਕਟ ਨੂੰ ਐਕਟ ਕੀਤਾ, ਤਾਂ ਬਹੁਤ ਅੱਛਾ ਫੀਲ ਹੋਇਆ। ਅਤੇ ਕਰਨ ਜੀ, ਇੱਕ ਗੱਲ ਹੋਰ ਸਾਡੇ ਦਰਸ਼ਕਾਂ ਦੱਸੋ, ਜਿਹੜਾ ਤੁਸੀਂ ਪਹਿਲੇ ਜਿਹੜਾ ਸੌਂਗ ਜਿਹੜਾ ਤੁਸੀਂ ਇੱਕ ਟਰੈਕ ਰਿਲੀਜ਼ ਕੀਤਾ ਸੀ ਤਾਂ ਬਹੁਤ ਸਾਰਾ ਸਰੋਤਿਆਂ ਦੇ ਵੱਲੋਂ ਤੁਹਾਨੂੰ ਪਿਆਰ ਦਿੱਤਾ ਗਿਆ ਸੀਗਾ, ਹੁਣ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜਾ ਹੁਣ ਤੁਸੀਂ ਸੌਂਗ ਰਿਲੀਜ਼ ਕੀਤਾ ਕਿ ਇਹ ਕਿੰਨਾ ਕੁ ਜਿਹੜਾ ਕਿ ਪਿਆਰ ਮਿਲੇਗਾ ਤੁਹਾਨੂੰ? ਜਿਹੜਾ ਮੈਂ ਇਸ ਤੋਂ ਪਹਿਲਾ ਸੌਂਗ ਕੀਤਾ ਸੀ, ਫਸਟ ਸੌਂਗ, ਉਹਦਾ ਨੇਮ ਸੀ ਤੇਰੀ ਝਲਕ। ਉਹ ਇੱਕ ਰੋਮੈਂਟਿਕ ਸੌਂਗ ਸੀ, ਉਹਨੂੰ ਬਹੁਤ ਪਿਆਰ ਦਿੱਤਾ ਗਿਆ ਸੀ। ਇਹ ਜਿਹੜਾ ਸੌਂਗ ਹੈ ਉਸ ਤੋਂ ਬਿਲਕੁਲ ਇੱਕ ਅਲੱਗ ਸੌਂਗ ਹੈ, ਇੱਕ ਬਿਲਕੁਲ ਡਿਫਰੈਂਟ ਸੌਂਗ ਹੈ। ਇਹ ਸੈਡ ਸੌਂਗ ਹੈ, ਕਾਫੀ ਕੀ ਕਹਿੰਦੇ ਬਣਾ ਹਾਈ ਸਕੇਲ 'ਤੇ ਹੈ, ਅਤੇ ਇਹਦੇ ਵਿੱਚ ਮੈਂ ਐਕਟ ਵੀ ਮਤਲਬ ਐਜ਼ ਅ ਹੀਰੋ ਐਕਟ ਵੀ ਕੀਤਾ ਜਿਵੇਂ। ਅਤੇ ਮੈਨੂੰ ਇਹੀ ਉਮੀਦ ਹੈ ਕਿ ਜੋ ਪਿਆਰ ਉਸ ਗਾਣੇ ਨੂੰ ਦਿੱਤਾ ਗਿਆ ਸੀ ਉਸ ਤੋਂ ਦੁੱਗਣਾ ਪਿਆਰ ਇਹਨੂੰ ਮਿਲਣਾ ਚਾਹੀਦਾ, ਕਿਉਂਕਿ ਇਹ ਸੌਂਗ ਉਸ ਲੈਵਲ ਦਾ ਸੌਂਗ ਹੈ। ਜੀ ਬਿਲਕੁਲ ਕਰਨ ਜੀ, ਅਸੀਂ ਵੀ ਤੁਹਾਡਾ ਸੌਂਗ ਦੇਖਿਆ, ਬਹੁਤ ਹੀ ਅੱਛਾ ਲੱਗਿਆ ਤੁਹਾਡਾ ਸੌਂਗ ਦੇਖ ਕੇ, ਕਿ ਤੁਹਾਨੂੰ ਅਸੀਂ ਉਮੀਦ ਕਰਦੇ ਹਾਂ ਕਿ ਜਿਹੜਾ ਕਿ ਪੰਜਾਬ ਦੇ ਨਾਲ ਨਾਲ ਹੋਰ ਵੀ ਜਿਹੜਾ ਕਿ ਸੂਬਿਆਂ ਦੇ ਵਿੱਚ ਗੱਲ ਕਰੀਏ, ਵਿਦੇਸ਼ਾਂ ਦੇ ਵਿੱਚ ਵੀ ਤੁਹਾਨੂੰ ਇਸ ਜਿਹੜਾ ਸੌਂਗ ਨੂੰ ਦੇਖ ਕੇ ਪਿਆਰ ਮਿਲੇ ਸਰੋਤਿਆਂ ਦੇ ਵੱਲੋਂ। ਅਗਲਾ ਤੁਹਾਡਾ ਕੀ ਮਤਲਬ ਕਿ ਹੋਰ ਟਰੈਕ ਰਿਲੀਜ਼ ਕਰਨ ਦੇ ਲਈ ਕੀ ਤੁਹਾਡੀ ਸੋਚ ਹੈ ਜੀ? ਅਗਲੇ ਪ੍ਰੋਜੈਕਟਸ ਬਾਰੇ ਮੈਂ ਸੋਚ ਰਿਹਾ ਹਾਂ, ਅਤੇ ਉਮੀਦ ਹੈ ਜਲਦੀ ਤੁਹਾਡੇ ਅੱਗੇ ਉਹ ਵੀ ਆਉਣਗੇ। ਥੈਂਕ ਯੂ। ਸੌਂਗ ਵਾਸਤੇ ਮੇਰੀ ਇੱਕੋ ਜਿਹੜੀ ਮੈਸੇਜ ਉਹ ਇਹੀ ਹੈ ਕਿ ਜਿਵੇਂ ਮਿਸਟਰ ਗੋਗੀਆ ਨੇ ਇਨੀਸ਼ੀਅਲੀ ਦੱਸਿਆ ਕਿ ਇਹ ਸੌਂਗ ਇੱਕ ਬਹੁਤ ਹੀ ਹਿਡਨ ਮੈਸੇਜ ਨੂੰ ਕੀ ਕਰਦਾ, ਆਪਣੇ ਅੰਦਰ ਲੈ ਕੇ ਚੱਲਦਾ। ਅਤੇ ਜੇ ਦੇਖਿਆ ਜਾਵੇ ਅੱਜ ਦੇ ਯੂਥ ਵਾਸਤੇ ਇਹ ਇੱਕ ਬਹੁਤ ਹੀ ਅੱਛਾ ਮੈਸੇਜ ਰਹੇਗਾ ਕਿ ਉਹ ਆਪਣੀ ਲਾਈਫ ਵਿੱਚ ਇੱਕ ਸਟੇਬਿਲਿਟੀ ਅਤੇ ਬੈਲੈਂਸ ਲੈ ਕੇ ਆ ਸਕਣ, ਤਾਂ ਕਿ ਉਹ ਆਪਣਾ ਇਮੋਸ਼ਨਲ ਜਿਹੜਾ ਕੰਟੈਂਟ ਹੈ ਉਹਨੂੰ ਕਦੀ ਵੀ ਇੱਦਾਂ ਨਾ ਜਾਣ ਦੇਣ ਕਿ ਉਹਨਾਂ ਦੀ ਲਾਈਫ ਵਿੱਚ ਕੋਈ ਇੱਦਾਂ ਦੇ ਅਪਸ ਐਂਡ ਡਾਊਨਸ ਉਹਨਾਂ ਨੂੰ ਇੰਨਾ ਜ਼ਿਆਦਾ ਹਾਰਮ ਕਰ ਜਾਣ। ਸੋ ਵੀ ਹੋਪ ਦੀ ਸੌਂਗ ਵਿਲ ਬੀ ਲਵਡ ਬਾਈ ਐਵਰੀਵਨ, ਐਂਡ ਵੀ ਆਰ ਹੋਪਿੰਗ ਕਿ ਇਹਨੂੰ ਬਹੁਤ ਹੀ ਜ਼ਿਆਦਾ ਇੱਕ ਅੱਛੇ ਲੈਵਲ ਦਾ ਐਕਸਪੋਜ਼ਰ ਮਿਲੇ ਜਿਵੇਂ ਕਿ ਬਾਕੀ ਦੇ ਸੌਂਗਸ ਨੂੰ ਹਲੇ ਤੱਕ ਮਿਲਿਆ। ਜੀ ਬਿਲਕੁਲ, ਤੁਸੀਂ ਦੱਸ ਰਹੇ ਹੋ ਕਿ ਅੱਜ ਦਾ ਜਿਹੜਾ ਕਿ ਇਹ ਸੌਂਗ ਹੈ ਕਿ ਅੱਜ ਦੇ ਯੁਵਾਵਾਂ ਦੇ ਲਈ ਬਹੁਤ ਅੱਛਾ ਹੈ, ਲੇਕਿਨ ਦੇਖਿਆ ਜਾ ਸਕਦਾ ਕਿ ਅਕਸਰ ਜਿਹੜੇ ਕਿ ਅੱਜ ਕੱਲ੍ਹ ਜਿਹੜਾ ਧੋਖੇਬਾਜ਼ੀ ਦਾ ਸੌਂਗ ਤੁਸੀਂ ਰਿਲੀਜ਼ ਕੀਤਾ ਕਰਨ ਅਰੋੜਾ ਜੀ ਨੇ, ਲੇਕਿਨ ਅਕਸਰ ਜਿਹੜੇ ਕਿ ਫਰੈਂਡ ਸਰਕਲ ਦੇ ਵੀ ਧੋਖੇ ਕਾਫੀ ਜਿਹੜੇ ਦੇਖਣ ਨੂੰ ਮਿਲਦੇ ਨੇ, ਅਤੇ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਜਿਹੜੇ ਯੁਵਾਵਾਂ ਨੂੰ? ਮੈਸੇਜ ਤਾਂ ਦੇਖੋ ਇਹੀ ਹੋ ਸਕਦਾ ਹੈ ਕਿ ਕਿੱਦਾਂ ਆਪਾਂ ਇਸ ਚੀਜ਼ ਤੋਂ ਉੱਪਰ ਉੱਠ ਸਕੀਏ ਕਿ ਇੰਨਾ ਕੁ ਮੈਚੋਰਿਟੀ ਲੈਵਲ ਗੇਨ ਕਰ ਸਕੀਏ ਕਿ ਇਹਨਾਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਇਫੈਕਟ ਨਾ ਹੋ ਸਕੀਏ। ਬਾਕੀ ਇਹ ਹਰ ਇੱਕ ਦੀ ਆਪਣੀ ਸਮਝ ਹੈ ਕਿ ਉਹ ਆਪਣੀ ਲਾਈਫ ਨੂੰ ਕਿਸ ਨਜ਼ਰੀਏ ਨਾਲ ਦੇਖਣਾ ਚਾਹੁੰਦੇ ਆ, ਅਤੇ ਸਾਡੀ ਟਰਾਈ ਓਜਸ ਕ੍ਰੀਏਸ਼ਨਸ ਦੀ ਇਹੀ ਰਹੇਗੀ ਕਿ ਜਿੰਨੇ ਨਵੇਂ ਕੋਨਸੈਪਟ ਹੋ ਸਕਦੇ ਆ ਉਹਨਾਂ ਨਾਲ ਹੋਰ ਆਇਆ ਜਾ ਸਕੇ, ਅਤੇ ਕੁਛ ਅੱਛੇ ਲਾਈਫ ਲੌਂਗ ਮੈਸੇਜਿਸ ਜਿਹੜੇ ਆ ਉਹ ਦਿੱਤੇ ਜਾ ਸਕਣ। ਸੋ ਸਾਡੇ ਨਾਲ ਮੌਜੂਦ ਨੇ ਪ੍ਰੋਡਿਊਸਰ ਮਨਿੰਦਰ ਸਿੰਘ ਗੋਗੀਆ, ਜਿਨ੍ਹਾਂ ਦੇ ਵੱਲੋਂ ਪਹਿਲੇ ਵੀ ਜਿਹੜੇ ਟਰੈਕ ਰਿਲੀਜ਼ ਕੀਤੇ ਗਏ ਨੇ, ਤਾਂ ਹੁਣ ਵੀ ਜਿਹੜਾ ਧੋਖੇਬਾਜ਼ੀ ਆ ਸੌਂਗ ਜਿਹਨੂੰ ਪਿਕਚਰਾਈਜ਼ ਕੀਤਾ ਹੈ ਕਰਨ ਅਰੋੜਾ ਨੇ, ਤਾਂ ਮਨਿੰਦਰ ਸਿੰਘ ਗੋਗੀਆ ਨਾਲ ਗੱਲਬਾਤ ਕਰਾਂਗੇ ਕਿ ਇਹ ਸੌਂਗ ਦੇ ਵਿੱਚ ਕੀ ਦਿਖਾਇਆ ਗਿਆ ਜਾਂ ਕਿਸ ਤਰ੍ਹਾਂ ਦਾ ਮਤਲਬ ਕੰਸੈਪਟ ਹੈ ਜੀ? ਇਸ ਸੌਂਗ 'ਚ ਬੇਸਿਕਲੀ ਕਬੀਰ ਜੀ ਜਦੋਂ ਕਹਿੰਦੇ ਨੇ ਕਿ ਤੁਹਾਨੂੰ ਧੋਖਾ ਖਾ ਲੈਣਾ ਚਾਹੀਦਾ, ਤੁਹਾਨੂੰ ਉਹਦਾ ਰਿਵੈਂਜ ਜਾਂ ਧੋਖਾ ਨਹੀਂ ਦੇਣਾ ਚਾਹੀਦਾ, ਉਹ ਕੋਸ਼ਿਸ਼ ਕੀਤੀ ਗਈ ਹੈ ਦੱਸਣ ਦੀ ਕਿ ਉਹਦਾ ਐਂਡ ਕੀ ਹੁੰਦਾ, ਉਹਦਾ ਐਂਡ ਮਾੜਾ ਹੁੰਦਾ। ਐਵਰੀਬਡੀ ਇਜ਼ ਇਨ ਲੋਸ ਇਨ ਦੈਟ, ਅਤੇ ਅਸੀਂ ਕੰਪੈਸ਼ਨ ਨਾਲ ਸਾਨੂੰ ਚੱਲਣਾ ਚਾਹੀਦਾ, ਵੀ ਸ਼ੁੱਡ ਬੀ ਕੰਪੈਸ਼ਨ, ਕਿਸੇ ਨੇ ਸਾਡੇ ਨਾਲ ਧੋਖਾ ਕੀਤਾ ਇਗਨੋਰ ਕਰਨਾ ਚਾਹੀਦਾ।
ਤੇ ਆਪਣੇ ਜੀਵਨ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੈ। ਇਹੀ ਮੈਸੇਜ ਹੈ ਸਾਡਾ ਇਸ ਮੂਵੀ ਵਿੱਚ। ਸੋ ਮਿਲਵਾਵਾਂਗੇ ਤੁਹਾਨੂੰ ਸ਼ੈਲੀ ਵਾਧਵਾ ਜੀ ਨਾਲ, ਜਿਹੜੇ ਰਾਈਟਰ ਨੇ ਇਸ ਸੌਂਗ ਦੇ, ਧੋਖੇਬਾਜ਼ੀਆਂ ਸੌਂਗ ਦੇ। ਸਵਾਗਤ ਹੈ ਜੀ ਤੁਹਾਡਾ ਸਿਟੀਐਮ ਨਿਊਜ਼ 'ਤੇ ਜੀ। ਥੈਂਕ ਯੂ ਸੋ ਮਚ ਜੀ। ਹਾਂਜੀ, ਕੀ ਕਹਿਣਾ ਚਾਹੋਗੇ ਜਿਹੜਾ ਧੋਖੇਬਾਜ਼ੀਆਂ ਸੌਂਗ, ਜਿਹੜਾ ਬਹੁਤ ਅੱਛਾ ਤੁਸੀਂ ਸੌਂਗ ਜਿਹੜਾ ਰਾਈਟਰ ਕੀਤਾ, ਕੀ ਕਹਿਣਾ ਚਾਹੋਗੇ ਇਸ ਬਾਰੇ? ਇਹ ਐਕਚੁਅਲੀ ਸੌਂਗ ਲਿਖਣ ਦਾ ਸਾਡਾ ਮੋਟਿਵ ਜਿਹੜਾ ਸੀ ਇਹੀ ਸੀਗਾ ਕਿ ਜੋ ਅੱਜ ਕੱਲ੍ਹ ਰਿਸ਼ਤਿਆਂ ਦੇ ਵਿੱਚ ਹੋ ਰਿਹਾ, ਜੋ ਅੱਜ ਕੱਲ੍ਹ ਰਿਸ਼ਤਿਆਂ ਦਾ ਰੰਗ ਬਣ ਚੁੱਕਿਆ, ਅੱਜ ਕੱਲ੍ਹ ਰਿਲੇਸ਼ਨਸ਼ਿਪ ਕਿਸ ਤਰ੍ਹਾਂ ਦੇ ਹੋ ਚੁੱਕੇ ਨੇ, ਇਸ ਪੂਰੇ ਕੰਸੈਪਟ ਨੂੰ ਮੱਦੇਨਜ਼ਰ ਰੱਖ ਕੇ ਇਹ ਗਾਣਾ ਲਿਖਿਆ ਹੈਗਾ ਅਤੇ ਓਜਸ ਕ੍ਰੀਏਸ਼ਨਸ ਦੇ ਬੈਨਰ ਦੇ ਅੰਡਰ ਇਹ ਗਾਣਾ ਬਣਿਆ ਅਤੇ ਯੂਟਿਊਬ 'ਤੇ ਧੋਖੇਬਾਜ਼ੀਆਂ ਟਾਈਪ ਕਰਕੇ ਤੁਸੀਂ ਇਹ ਗਾਣਾ ਇੰਜੋਏ ਕਰ ਸਕਦੇ ਹੋ। ਤੁਸੀਂ ਪਹਿਲੇ ਵੀ ਸੌਂਗ ਵਗੈਰਾ ਹੋਰ ਲਿਖਦੇ ਹੋ? ਹਾਂਜੀ, ਇਹ ਓਜਸ ਕ੍ਰੀਏਸ਼ਨਸ ਦੇ ਬੈਨਰ ਨੀਚੇ ਮੇਰਾ ਥਰਡ ਸੌਂਗ ਹੈ, ਪਹਿਲਾਂ ਇਬਾਦਤ ਆਇਆ, ਉਸ ਤੋਂ ਬਾਅਦ ਤੇਰੀ ਝਲਕ ਅਤੇ ਇਹ ਹੁਣ ਧੋਖੇਬਾਜ਼ੀਆਂ। ਕਿੰਨਾ ਕੁ ਜਿਸ ਤਰ੍ਹਾਂ ਸਰੋਤਿਆਂ ਦੇ ਵੱਲੋਂ ਕਹਿ ਸਕਦੇ ਕਿ ਤੁਹਾਨੂੰ ਜਿਹੜਾ ਪਿਆਰ ਦਿੱਤਾ ਜਾ ਰਿਹਾ? ਹਾਂਜੀ, ਸਰੋਤਿਆਂ ਵੱਲੋਂ ਪਿਆਰ ਮਿਲ ਰਿਹਾ, ਤਾਂ ਹੀ ਅੱਗੋਂ ਹੋਰ ਲਿਖਣ ਦੀ ਇੰਸਪੀਰੇਸ਼ਨ ਮਿਲ ਰਹੀ ਹੈ। ਬਾਕੀ ਇਸ ਸੌਂਗ ਨੂੰ ਜਿਵੇਂ ਤੁਸੀਂ ਪਿਆਰ ਦਿਓਗੇ ਉਸ ਹਿਸਾਬ ਨਾਲ ਅਸੀਂ ਅੱਗੋਂ ਅੱਗੋਂ ਕੰਮ ਕਰਦੇ ਜਾਵਾਂਗੇ। ਇਸ ਧੋਖੇਬਾਜ਼ੀਆਂ ਸੌਂਗ ਨੂੰ ਜਿਹੜਾ ਕਿ ਬਹੁਤ ਹੀ ਅੱਛੀ ਜਿਹੜਾ ਕਿ ਸ਼ੂਟ ਕੀਤਾ ਗਿਆ, ਜਿਨ੍ਹਾਂ ਦੇ ਵੱਲੋਂ ਵੀਡੀਓ ਕੀਤੀ ਗਈ ਹੈ, ਜਿੰਮੀ ਮਿੱਤਲ ਜੀ, ਤਾਂ ਉਹਨਾਂ ਨਾਲ ਵੀ ਤੁਹਾਨੂੰ ਜ਼ਰੂਰ ਮਿਲਵਾਵਾਂਗੇ। ਕੀ ਕਹਿਣਾ ਚਾਹੋਗੇ ਸਰ ਕਿ ਪਹਿਲੇ ਤਾਂ ਤੁਹਾਡਾ ਬਹੁਤ ਬਹੁਤ ਜਿਸ ਤਰ੍ਹਾਂ ਕਿ ਥੈਂਕਸ ਤੁਹਾਡਾ ਕਿ ਜਿਹੜਾ ਤੁਸੀਂ ਇੰਨਾ ਵਧੀਆ ਜਿਹੜਾ ਕਿ ਵੀਡੀਓ ਕੀਤੀ? ਥੈਂਕ ਯੂ ਜੀ, ਥੈਂਕ ਯੂ। ਜਿਹੜਾ ਧੋਖੇਬਾਜ਼ੀਆ ਗਾਣਾ ਤੁਸੀਂ ਅੱਜ ਦੇਖਿਆ ਸਾਰਿਆਂ ਨੇ, ਅਤੇ ਇਹਦੀ ਵੀਡੀਓ ਕੀਤੀ ਆਪਣੀ ਟੀਮ ਨੇ, ਔਰ ਮੈਂ ਥੈਂਕਸ ਕਰਦਾ ਓਜਸ ਕ੍ਰੀਏਸ਼ਨ ਦਾ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ। ਅਤੇ ਨੈਕਸਟ ਅਸੀਂ ਹੋਰ ਵੀ ਪ੍ਰੋਜੈਕਟ ਕਰ ਰਹੇ ਹਾਂ ਜਿਹਦੇ ਬਹੁਤ ਜਲਦੀ ਲੈ ਕੇ ਆਵਾਂਗੇ ਤੁਹਾਨੂੰ। ਹੋਰ ਇਸ ਤੋਂ ਇਲਾਵਾ ਵੀ ਤੁਸੀਂ ਜਿਹੜੇ ਕਿ ਇਹ ਵੀਡੀਓ ਕਰਦੇ ਹੋ ਇਸ ਜਿਹੜੇ ਪੰਜਾਬੀ ਸਿੰਗਰ ਦੀ, ਇਹ ਫਸਟ ਟਾਈਮ ਜੀ? ਨਹੀਂ ਜੀ ਨਹੀਂ, ਕਾਫੀ ਗਾਣੇ ਆ ਚੁੱਕੇ ਆ ਔਰ ਵੈਬ ਸੀਰੀਜ਼ ਵੀ ਮੇਰੀ ਆ ਚੁੱਕੀ ਆ, ਅਤੇ ਇਨ ਫਿਊਚਰ ਹੋਰ ਅਸੀਂ ਬੈਸਟ ਪ੍ਰੋਜੈਕਟ ਕਰਾਂਗੇ ਔਰ ਨਵੇਂ ਤੋਂ ਨਵੇਂ ਲੈ ਕੇ ਆਵਾਂਗੇ ਪ੍ਰੋਜੈਕਟ। ਸੋ ਦੋਸਤੋ, ਉਮੀਦ ਕਰਦੇ ਹਾਂ ਕਿ ਅੱਜ ਦੀ ਵੀਡੀਓ ਜਿਹੜੀ ਹੈ ਤੁਹਾਨੂੰ ਬਹੁਤ ਹੀ ਪਸੰਦ ਆਏਗੀ। ਕਰਨ ਅਰੋੜਾ ਦੀ ਵੱਲੋਂ ਜਿਹੜਾ ਇਹ ਸੌਂਗ ਗਾਇਆ ਗਿਆ ਧੋਖੇਬਾਜ਼ੀਆਂ, ਤਾਂ ਤੁਹਾਡੇ ਵੱਲੋਂ ਬਹੁਤ ਸਾਰਾ ਜਿਹੜਾ ਕਿ ਪਿਆਰ ਦਿੱਤਾ ਜਾਏਗਾ। ਹੋਰ ਵੀ ਵਧੇਰੇ ਅਪਡੇਟ ਲਈ ਜੁੜੇ ਰਹੋ ਸਾਡੇ ਚੈਨਲ ਸਿਟੀ ਹੋਮ ਨਿਊਜ਼ ਨਾਲ। ਕੈਮਰਾ ਪਰਸਨ ਨਵਲ ਦੇ ਨਾਲ ਮੈਂ ਕਪਿਲ ਕਤਿਆਲ।